ही एहसास इसका भी मैं लगता शायद किया जा सकता कि नंबर वन च दुनिया च पहुंचने की किस तरह जी फीलिंग है होती होगी। अंजुम जी स्टेज से दस के भी गए हैं क्योंकि ना जदों कोई बंदा किसी मुकाम से पहुंच जाता उदों तो सारियां नूं दिख जाता पर उस मुकाम से पहुंचने पिछे जिहड़ी मेहनत होंदी है उसे नूं पता होंदा। वो एक मेरे गाना पूरा तो नहीं याद एक अनवदीप जी नूं पता होगा एक जय जी वैस दा सिमर लगदा अंबरी गया पतंग तां हर नूं दिख पैंदा कोई जानदा जिसने पर चढ़ाया होता है ऐदां दा सी कोई रातों रात नहीं कोई भी स्टार बनता हर एक ने पहला कष्ट उठाया होता। तो बड़ी मेहनत डेडिकेशन कंसिस्टेंसी हार्डवर्क लगातार पता नहीं सालावली कितनी मेहनत की होनी है जिदे करके अज अंजुम दुनिया चो पहले नंबर पे है। तो मैं बहुत मुबारकबाद दिना ते होर भी जिन्हें अज इत्थे बच्चे भी आए ने जिहड़े जिन्हां लई अजो इंस्पीरेशन भी होगी जिहड़े अज देश नूं रिप्रजेंट भी कर रहे हैं मैं थोनू सारिआं नूं मुबारकबाद दिना ते खास तौर ते मुबारकबाद इस गल दी भी दिना क्योंकि शूटिंग दे विच साडे देश ने पिछले 15-20 सालां तों बहुत अच्छा जिहड़ा परफॉर्म है वह किया। कह लो बिंदरा जी ने कह लो उनकी नीह रख के जो कॉमन ओलंपिक के गोल्ड मैडल लेके आए क्योंकि जो ना कोई थोड़े देश का खिलाड़ी बहुत किसी उच्चे प्लेटफॉर्म से पहुंचे तो उन्होंने देख के बड़े बच्चों से हौसला पैदा होंगे भी यार असं भी उत्ते पहुंचना। क्रिकेट के जो इंडिया वर्ल्ड कप जितया तो बड़े बच्चे क्रिकेट वाल लगे तो सचिन तेंदुलकर वर्गे उन्होंने ही सी ਤੇ ਸਚਿਨ ਨੂੰ ਦੇਖ ਕੇ ਹੋਰ ਬੜੇ ਲੱਗੇ ਤੇ ਵਿਰਾਟ ਕੋਹਲੀ ਵਰਗੇ ਅੱਜ ਰੋਹਿਤ ਸ਼ਰਮੇ ਵਰਗੇ ਉਹਨਾਂ ਚੋਂ ਤੇ ਮੈਨੂੰ ਲੱਗਦਾ ਵੀ ਅੱਜ ਅੰਜੁਮ ਨੂੰ ਦੇਖ ਕੇ ਵੀ ਬੜੇ ਬੱਚੇ ਇੰਸਪਾਇਰ ਹੋਣਗੇ ਤੇ ਉਹ ਵੀ ਕਹਿਣਗੇ ਵੀ ਅਸੀਂ ਆਉਣ ਵਾਲੇ ਸਮੇਂ ਚ ਨੰਬਰ ਵਨ ਆ ਜਿਹੜਾ ਵਰਲਡ ਚ ਬਣਨਾ। ਸੋ ਇਸੇ ਤਰ੍ਹਾਂ ਪਿਛਲੇ ਜੋ ਮੈਂ ਗੱਲ ਕਹਿ ਰਿਹਾ ਸੀ 15-20 ਸਾਲਾਂ ਚ ਸ਼ੂਟਿੰਗ ਦੇ ਵਿੱਚ ਅਸੀਂ ਬਹੁਤ ਅੱਛਾ ਪਰਫਾਰਮ ਕੀਤਾ ਇਸੇ ਕਰਕੇ ਸ਼ਾਇਦ ਮੈਨੂੰ ਲੱਗਦਾ ਵੀ ਕਿਉਂਕਿ ਦੂਸਰੇ ਦੇਸ਼ ਵੀ ਚਾਹੁੰਦੇ ਵੀ ਇੰਡੀਆ ਦੇ ਜ਼ਿਆਦਾ ਮੈਡਲ ਮੁੱਢ ਲਾਉਣ ਇਸੇ ਕਰਕੇ ਆਹ ਕਾਮਨਵੈਲਥ ਚ ਬਹਾਨਾ ਲਾ ਲਿਆ ਕਹਿੰਦੇ ਸਾਡੇ ਕੋਲ ਤਾਂ ਅਰੇਂਜਮੈਂਟ ਹੀ ਹੈ ਨੀ ਤੇ ਸ਼ੂਟਿੰਗ ਨੂੰ ਲੈ ਕੇ ਨੀ ਗਏ। ਮੈਂ ਦਾਅਵੇ ਨਾਲ ਕਹਿ ਸਕਦਾ ਜੇ ਐਸੀ ਹੁੰਦੀ ਤਾਂ ਸਾਡੀ ਅੰਜੁਮ ਮੌਤਕਲ ਗੋਲਡ ਮੈਡਲ 100% ਹੈ ਕੋਈ ਨੀ ਇੱਥੇ ਤਾਂ ਉਹਨਾਂ ਨੇ ਕਰਨੀ ਚਲਾਕੀ ਕੋਈ ਨੀ ਅੱਗੇ ਓਲੰਪਿਕਸ ਆਉਣ ਵਾਲੀ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਨੰਬਰ ਵਨ ਤਾਂ ਆਪਾਂ ਦੁਨੀਆਂ ਚ ਹੈ ਗਈ ਆ ਜ਼ਰੂਰ ਅਗਲਾ ਮੈਡਲ ਲੰਬਿਕ ਚੋਂ ਅੰਜੁਮ ਕੀ ਮੈਂ ਇੱਥੇ ਜਾਣਾ ਹੋਰ ਜਿੰਨੇ ਬੱਚੇ ਇੱਥੇ ਤਿਆਰੀ ਕਰਦੇ ਆ ਕਿਉਂਕਿ ਹੁਣ ਜਿਹੜੀ ਇੱਕ ਕੋਟਾ ਵੀ ਜਿਹੜਾ ਓਲੰਪਿਕ ਵਾਲਾ ਉਹ ਤੈਅ ਹੋਣਾ ਮੇਰੇ ਵੱਲੋਂ ਇਹੀ ਪਰਮਾਤਮਾ ਅੱਗੇ ਅਰਦਾਸ ਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਾਡੇ ਪੰਜਾਬ ਦੇ ਬੱਚੇ ਕੁਆਲੀਫਾਈ ਕਰਨ ਅਜੈਬ ਸਾਹਿਬ ਬੈਠੇ ਹਰਿਆਣੇ ਦੇ ਵੀ ਕਰਨ ਜਗਦੀਪ ਜੀ ਬੈਠੇ ਹਰਿਆਣੇ ਦੇ ਵੀ ਕਰਨ ਮੈਂ ਵਧਾਈ ਦਿੰਦਾ ਕਿ ਤੁਸੀਂ ਹਰਿਆਣੇ ਵਾਲਿਆਂ ਨੇ ਬਹੁਤ ਪਿਛਲੇ ਸਮੇਂ ਚ ਤਰੱਕੀ ਕੀਤੀ ਹੈ ਖੇਡਾਂ ਦੇ ਵਿੱਚ ਸਾਡੇ 7 ਮੈਡਲ ਹੈ ਤੁਹਾਡੇ 36 ਹੈ ਮੈਡਲ ਹੈ ਤਾਂ ਤੁਹਾਨੂੰ ਵਧਾਈ ਹੈ ਪਰ ਅਸੀਂ ਵੀ ਪੰਜਾਬ ਚ ਬਹੁਤ ਮਿਹਨਤ ਕਰ ਰਹੇ ਹਾਂ ਕਿਉਂਕਿ 2001 ਤੱਕ ਇਹ ਮੁਕਾਮ ਸਾਡਾ ਸੀ ਅਸੀਂ ਹਮੇਸ਼ਾ ਦੇਸ਼ ਚ ਪਹਿਲੇ ਨੰਬਰ ਤੇ ਸੀ ਇਹ ਕਹਿ ਲਓ ਵੀ ਸਾਡੇ ਤਾਂ ਸੋਹਣੇ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਕਿ ਅਸੀਂ ਬਹੁਤ ਪਿੱਛੇ ਚਲੇ ਗਏ ਪਰ ਇੱਥੇ ਸਾਡੇ ਟੈਲੈਂਟ ਬਹੁਤ ਹੈ ਪੰਜਾਬ ਚ ਤੁਸੀਂ ਤਾਂ ਚਹਿਲ ਸਾਹਿਬ ਇੱਥੇ ਪੰਜਾਬ ਚ ਨੌਕਰੀ ਕਰਦੇ ਹੋ ਬੱਚੇ ਆ ਬਹੁਤ ਟੈਲੈਂਟਡ ਹੈ ਕਿ ਇਹਨਾਂ ਨੂੰ ਪਲੇਟਫਾਰਮ ਨਹੀਂ ਮਿਲ ਰਿਹਾ ਆਹ ਹੁਣ ਰੈਸਲਿੰਗ ਦੇ ਵਿੱਚ ਤੁਸੀਂ ਦੇਖੋ ਪੰਜਾਬ ਚ ਬਹੁਤ ਟੈਲੈਂਟ ਹੈ ਮੈਂ ਬੜੇ ਪਿੰਡਾਂ ਚ ਬੜੇ ਹਲਕਿਆਂ ਚ ਬੜੀ ਜਗ੍ਹਾ ਵਿਜ਼ਿਟ ਕਰਦਾ ਮਤਲਬ ਕਿ ਕਈ ਵਾਰੀ ਦੇਖ ਕੇ ਤਰਸ ਆਉਂਦਾ ਵੀ ਅਸੀਂ ਜਿਹੜੇ ਬੱਚੇ ਇੰਨੀ ਮਿਹਨਤ ਕਰ ਰਹੇ ਹਾਂ ਅਸੀਂ ਪਿਛਲੇ ਸਮੇਂ ਚ ਉਹਨਾਂ ਨੂੰ ਗਾਈਡ ਵੀ ਪ੍ਰੋਪਰ ਨਹੀਂ ਦੇ ਸਕਦੇ ਇਕਵਿਪਮੈਂਟ ਵੀ ਨਹੀਂ ਦੇ ਸਕਦੇ ਮੈਂ ਬੱਚਿਆਂ ਕੋਲੇ ਗਿਆ ਰੋਇੰਗ ਵਾਲਿਆਂ ਕੋਲ ਉਹ ਕਹਿੰਦੇ ਜੀ ਸਾਡੇ ਕੋਲ ਜਿਹੜੀਆਂ ਬੂਥਸ ਹੈ ਉਹ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਦੀ ਇਹ ਨਹੀਂ ਇੱਥੇ ਦੀ ਪ੍ਰੈਕਟਿਸ ਇਹਨਾਂ ਤੇ ਕਰੀ ਜਾਂਦੇ ਹਾਂ ਜਦੋਂ ਉੱਥੇ ਜਾਂਦੇ ਹਾਂ ਸਾਡਾ ਉੱਥੇ ਜਾ ਕੇ ਕਹਿੰਦੇ ਕਿਉਂਕਿ ਉਹ ਬੋਰਡਸ ਤੇ ਪ੍ਰੈਕਟਿਸ ਹੀ ਨਹੀਂ ਕੀਤੀ ਸਾਡਾ ਬੈਲੈਂਸ ਹੀ ਨਹੀਂ ਬਣ ਪਾਉਂਦਾ ਮਤਲਬ ਕਿ ਬੜੀਆਂ ਜੋ ਤੁਸੀਂ ਗਰਾਊਂਡ ਤੇ ਜਾਂਦੇ ਹੋ ਨਾ ਚੀਜ਼ਾਂ ਨੂੰ ਸਮਝਦੇ ਹੋ ਬੜੀਆਂ ਚੀਜ਼ਾਂ ਤੁਹਾਨੂੰ ਖਿਡਾਰੀਆਂ ਨਾਲ ਬੱਚਿਆਂ ਨਾਲ ਕੋਚਸ ਨਾਲ ਗੱਲ ਕਰਕੇ ਪਤਾ ਲੱਗਦੀਆਂ ਨੇ
ਵੀ ਕੀ ਚੀਜ਼ ਠੀਕ ਕਰਨ ਦੀ ਜ਼ਰੂਰਤ ਹੈ। ਅਸੀਂ ਦੇਖੋ ਨਵੇਂ ਆ, ਕੋਈ ਬਹੁਤੇ ਐਕਸਪੀਰੀਅੰਸ ਨਹੀਂ, ਪਰ ਉਹਦੇ ਨਾਲ ਨਾਲ ਅਸੀਂ ਬੋਲੇ ਵੀ ਸਾਡੇ ਕੰਨ ਖੁੱਲੇ ਆ, ਅਸੀਂ ਸਿੱਖਣਾ ਚਾਹੁੰਦੇ ਹਾਂ, ਸਮਝਣਾ ਚਾਹੁੰਦੇ ਹਾਂ। ਤੇ ਸਿੱਖਣ ਸਮਝਾਉਣ ਵਾਲੇ ਤੁਸੀਂ ਹੀ ਹੋ, ਕੋਲ ਸਾਹਿਬਾਨਾ ਮੈਂ ਡਾਇਰੈਕਟਰ ਰਿਹਾ ਹਰਿਆਣੇ ਤੇ ਅਸੀਂ ਵੀ ਗੱਲ ਕਰ ਰਹੇ ਸੀ। ਮੈਂ ਕਿਹਾ ਵੀ ਤੁਸੀਂ ਵੀ ਜੋ ਉੱਥੇ ਲੰਚ ਕੀਤਾ ਤੁਹਾਡੇ ਤੋਂ ਵੀ ਅਸੀਂ ਸਿੱਖਾਂਗੇ ਵੀ ਤੁਸੀਂ ਇੰਨਾ ਅੱਛਾ ਕਿਵੇਂ ਕੀਤਾ। ਵੀ ਸਾਡੇ ਪੰਜਾਬ ਦੇ ਪੁਲਿਸ ਸਾਹਿਬਾਨ ਨੂੰ ਵੀ ਜਾ ਕੇ ਪੁੱਛਦੇ ਆ ਵੀ ਕਿਸ ਤਰ੍ਹਾਂ ਬੈਟਰ ਹੋ ਸਕਦਾ, ਪਰ ਇਹ ਇੱਛਾ ਸੱਚੀ ਆ ਕਿ ਕਰਾਂਗੇ ਜ਼ਰੂਰ। ਪੰਜਾਬ ਨੂੰ ਦੁਬਾਰਾ ਅਸੀਂ ਪਹਿਲੇ ਨੰਬਰ ਤੇ ਲੈ ਕੇ ਆਉਣਾ। ਮੈਂ ਕਹਿਣਾ ਸਾਡੇ ਹਰਿਆਣਿਆਂ ਦੇ ਕਲੀਅਰ 70 ਹੋਣ, ਪਰ ਸਾਡੇ ਅਸੀਂ ਜ਼ਰੂਰ ਜ਼ੋਰ ਲਾਉਣਾ ਵੀ ਅਸੀਂ ਵੀ 17 ਤੋਂ ਵੱਧ ਜਿਹੜੇ ਆ ਉਹ ਲੈ ਕੇ ਆਉਣੇ ਆ। ਸੋ ਅਸੀਂ ਮਿਹਨਤ ਕਰਾਂਗੇ। ਟੈਲੈਂਟ ਪੰਜਾਬ ਚ ਬਹੁਤ ਆ। ਅਸੀਂ ਐਤਕੀ 6 ਸਾਲਾਂ ਬਾਅਦ ਸਰਕਾਰ ਨੇ ਇਕਵਿਪਮੈਂਟ ਵੀ ਬੱਚਿਆਂ ਨੂੰ ਲੈ ਕੇ ਦੇ ਰਹੇ ਹਾਂ, ਉਹਦੇ ਲਈ ਜਿਹੜਾ ਬਜਟ ਹੈ ਉਹ ਰੱਖਿਆ। ਸਾਡੇ ਬੱਚਿਆਂ ਨੂੰ ਪ੍ਰੈਕਟਿਸ ਕਰਨ ਜੰਮੂਪੁਰਾਂ ਨੂੰ ਵੀ ਦਿੱਲੀ ਜਾਣਾ ਪੈਂਦਾ, ਮੱਧਿਆ ਪ੍ਰਦੇਸ਼ ਜਾਣਾ ਪੈਂਦਾ, ਇਹਦੇ ਲਈ ਵੀ ਅਸੀਂ ਐਤਕੀ 6 ਕਰੋੜ ਦਾ ਬਜਟ ਹੈ ਜਿਹੜਾ ਆਪਣੀ ਜਿਹੜੀ ਸ਼ੂਟਿੰਗ ਰੇਂਜ ਹੈ ਉਹਦੇ ਲਈ ਰੱਖਿਆ। ਤੇ ਤੁਹਾਨੂੰ ਪੰਜਾਬ ਤੋਂ ਬਾਹਰ ਜਾਣ ਲਈ ਮੇਰਾ ਵਾਅਦਾ ਹੈ ਕਿ ਆਉਣ ਵਾਲੇ ਸਮੇਂ ਚ ਪ੍ਰੈਕਟਿਸ ਲਈ ਕਿਤੇ ਜ਼ਰੂਰਤ ਨਹੀਂ ਪੈਣੀ। ਪਰ ਮੇਰੀ ਤੁਹਾਨੂੰ ਬੇਨਤੀ ਵੀ ਹੈ, ਸਾਰੇ ਮਿਹਨਤ ਕਰੋ, ਕਿਉਂਕਿ ਰਾਤੋ ਰਾਤ ਕੋਈ ਇਸ ਮੁਕਾਮ ਤੇ ਨਹੀਂ ਪਹੁੰਚਦਾ। ਡੈਡੀਕੇਸ਼ਨ, ਹਾਰਡ ਵਰਕ, ਮਿਹਨਤ ਕਰੋ ਤੇ ਇਹੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਓਲੰਪਿਕ ਦੇ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੁਆਲੀਫਾਈ ਕਰੋ ਤੇ ਦੇਸ਼ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਮੈਡਲ ਲੈ ਕੇ ਆਉਣ। ਸੋ ਮੈਂ ਸਾਰਿਆਂ ਦਾ, ਅੰਕੁਲ ਜੀ ਦਾ, ਸਾਰੇ ਜਿਹੜੇ ਸਾਡੇ ਸਪੋਂਸਰ ਹੈ ਜਿਨ੍ਹਾਂ ਦੇ ਕਰਕੇ ਬੱਚਿਆਂ ਨੂੰ ਅੱਜ ਇੱਥੇ ਹੌਸਲਾ ਬਹੁਤ ਮਿਲਿਆ, ਕਿਉਂਕਿ ਹੌਸਲੇ ਨਾਲ ਡਾਇਟ ਹਰ ਪਲੇਅਰ ਦੇ ਲਈ ਜ਼ਰੂਰੀ ਹੁੰਦੀ ਹੈ। ਤੇ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਜਿਹੜੀ ਵੱਡੀ ਡਾਇਟ ਉਹ ਹੌਸਲਾ ਹੈਗਾ, ਜਿਹੜੀ ਹੌਸਲਾ ਬਜਾਈ ਤੁਸੀਂ ਲੋਕ ਕਿੱਥੇ ਕਰ ਰਹੇ ਹੋ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਅੰਜੁਮ ਜਿਹੜਾ ਸਾਡਾ ਇੱਕ ਚਮਕਦਾ ਸਿਤਾਰਾ, ਤੇ ਮੈਂ ਦੁਬਾਰਾ ਇਹੀ ਉਮੀਦ ਕਰਦਾ ਕਿ ਤੁਸੀਂ ਓਲੰਪਿਕ ਦੇ ਵਿੱਚ ਇਸ ਵਾਰ ਜ਼ਰੂਰ ਜਿਹੜਾ ਮੈਡਲ ਲੈ ਕੇ ਆਓ। ਸੋ ਬਹੁਤ ਬਹੁਤ ਧੰਨਵਾਦ ਅੰਕੁਲ ਜੀ ਦਾ, ਸਾਰੇ ਜਿਹੜੇ ਸਾਥੀਆਂ ਦਾ।